ਵਿੱਚ ਕੱਟ ਲਈਆਂ ਜਿੰਨੇ ਸਾਰੀ ਜ਼ਿੰਦਗੀ ਉਹ ਮੰਗਦੀ ਹੈ ਪੁੱਤ ਦੀਆਂ ਕੋਠੀਆਂ ਆਪ ਕਰੇ ਇੱਕ ਨਾ ਗੁਜ਼ਾਰਾ ਮਸਾਂ ਮਸਾਂ ਪੁੱਤ ਨੂੰ ਖਵਾਵੇ ਤਿੰਨ ਰੋਟੀਆਂ ਉਹਦੇ ਲਈ ਤਾਂ ਤੇਰੇ ਕੋਲੇ ਟਾਈਮ ਵੀ ਨਹੀਂ ਹੈਗਾ ਬਸ ਮਾਣ ਅਸਮਾਨੇ ਚੜੇ ਦਾ ਜੇ ਬੇਬੇ ਦੀਆਂ ਅੱਖਾਂ ਵਾਲੇ ਅਥਰੂ ਨਾ ਪੜੇ ਹੋਏ ਫਾਇਦਾ ਕੀ ਆ ਇੰਨਾ ਪੜੇ ਦਾ ਜੇ ਬੇਬੇ ਦੀਆਂ ਅੱਖਾਂ ਵਾਲੇ ਅਥਰੂ ਨਾ ਪੜੇ ਹੋਏ ਫਾਇਦਾ ਕੀ ਆ ਇੰਨਾ ਪੜੇ ਦਾ ਉਹ ਤੇਰਾ ਡਿਗਰੀਆਂ ਕਰੇ ਦਾ ਇੰਨਾ ਕੁਝ ਕੀਤਾ ਜਿਹਨੇ ਆਪਾਂ ਨੂੰ ਪੜਾਉਣ ਲਈ ਹੈ ਕਦੇ ਰੇ ਕਿਉਂ ਦੀ ਦਿਖੀ ਨਹੀਂ ਕਿਹੜੀ ਗੱਲੋਂ ਡਰਦੇ ਆ ਹੋਰਾਂ ਨੂੰ ਸੁਣਾਉਣ ਲਈ ਕਿ ਮਾਂ ਮੇਰੀ ਪੜ੍ਹੀ ਲਿਖੀ ਨਹੀਂ ਕਿਹੜੀ ਗੱਲੋਂ ਡਰਦੇ ਆ ਹੋਰਾਂ ਨੂੰ ਸੁਣਾਉਣ ਲਈ ਕਿ ਮਾਂ ਮੇਰੀ ਪੜ੍ਹੀ ਲਿਖੀ ਨਹੀਂ ਉਹਦੀਆਂ ਦਵਾਵਾਂ ਨਾਲ ਚੱਲੀ ਜਾਂਦਾ ਕੰਮ ਮੁੱਲ ਪੈਂਦਾ ਨਹੀਂ ਉਹ ਕੱਚੇ ਘੜੇ ਦਾ ਜੇ ਬੇਬੇ ਦੀਆਂ ਅੱਖਾਂ ਵਾਲੇ ਅਥਰੂ ਨਾ ਪੜੇ ਹੋਏ ਫਾਇਦਾ ਕੀ ਆ ਇੰਨਾ ਪੜੇ ਦਾ ਜੇ ਬੇਬੇ ਦੀਆਂ ਅੱਖਾਂ ਵਾਲੇ ਅਥਰੂ ਨਾ ਪੜੇ ਹੋਏ ਫਾਇਦਾ ਕੀ ਆ ਇੰਨਾ ਪੜੇ ਦਾ ਉਹ ਤੇਰਾ ਡਿਗਰੀਆਂ ਕਰੇ ਦਾ ਹਰ ਇੱਕ ਰਿਸ਼ਤੇ ਦੀ ਖਾਸ ਹੁੰਦੀ ਥਾਂ ਪਰ ਅੰਮੜੀ ਦੀ ਸਾਰਿਆਂ ਤੋਂ ਵੱਧ ਕੇ ਸੱਚੀ ਗੱਲ ਬੋਲਦੇ ਆ ਬੱਚਿਆਂ ਦੀ ਖੁਸ਼ੀ ਲਈ ਉਹ ਦਿਲ ਵੀ ਦੇ ਸਕਦੀ ਆ ਕੱਢ ਕੇ ਸੱਚੀ ਗੱਲ ਬੋਲਦੇ ਆ ਬੱਚਿਆਂ ਦੀ ਖੁਸ਼ੀ ਲਈ ਉਹ ਦਿਲ ਵੀ ਦੇ ਸਕਦੀ ਆ ਕੱਢ ਕੇ ਯਾਰ ਹੁਣੀ ਕਰਦੇ ਨੇ ਮਾਣ ਸ਼ਰਿਆਂ ਮੈਂ ਉਹਦੇ ਕਰਕੇ ਹੀ ਇੱਥੇ ਖੜੇ ਦਾ ਜੇ ਬੇਬੇ ਦੀਆਂ ਅੱਖਾਂ ਵਾਲੇ ਅਥਰੂ ਨਾ ਪੜੇ ਹੋਏ ਫਾਇਦਾ ਕੀ ਆ ਇੰਨਾ ਪੜੇ ਦਾ ਜੇ ਬੇਬੇ ਦੀਆਂ ਅੱਖਾਂ ਵਾਲੇ ਅਥਰੂ ਨਾ ਪੜੇ ਹੋਏ ਫਾਇਦਾ ਕੀ ਆ ਇੰਨਾ ਪੜੇ ਦਾ ਉਹ ਤੇਰਾ ਡਿਗਰੀਆਂ ਕਰੇ ਦਾ ਪੈਸਾ ਪੂਸਾ ਮਾਣ ਤਾਣ ਬਾਅਦ ਦੀਆਂ ਗੱਲਾਂ ਸਭ ਸ਼ੁਰੂ ਹੁੰਦਾ ਮਾਂ ਦੇ ਹੀ ਨਾਂ ਤੋਂ ਇੱਕ ਵਾਰੀ ਤੁਰ ਗਈ ਤਾਂ ਬਸ ਤੁਰ ਜਾਣਾ ਏ ਨਾ ਲੱਭਣੀਆਂ ਫਿਰ ਕਿਸੇ ਰਾਹ ਤੋਂ ਇੱਕ ਵਾਰੀ ਤੁਰ ਗਈ ਤਾਂ ਬਸ ਤੁਰ ਜਾਣਾ ਏ ਨਾ ਲੱਭਣੀਆਂ ਮਾਂ ਕਿਸੇ ਰਾਹ ਤੋਂ ਐਮੀ ਆਮਨਤ ਗੱਲ ਏਦਾਂ ਦੀ ਹੀ ਲਿਖੂ ਜਿਹੜੀ ਦਿਲ ਹੀ ਹਿਲਾ ਦੂ ਧੜੇ ਦਾ ਜੇ ਬੇਬੇ ਦੀਆਂ ਅੱਖਾਂ ਵਾਲੇ ਅਥਰੂ ਨਾ ਪੜੇ ਹੋਏ ਫਾਇਦਾ ਕੀ ਆ ਇੰਨਾ ਪੜੇ ਦਾ ਜੇ ਬੇਬੇ ਦੀਆਂ ਅੱਖਾਂ ਵਾਲੇ ਅਥਰੂ ਨਾ ਪੜੇ ਹੋਏ ਫਾਇਦਾ ਕੀ ਆ ਇੰਨਾ ਪੜੇ ਦਾ ਉਹ ਤੇਰਾ ਡਿਗਰੀਆਂ ਕਰੇ ਦਾ ਦੋਸਤੋ ਹੈਪੀ ਮਦਰਸ ਡੇ ਆਪ ਸਭ ਦੀਆਂ ਮਾਵਾਂ ਨੂੰ ਪਰਮਾਤਮਾ ਢੇਰ ਸਾਰੀਆਂ ਖੁਸ਼ੀਆਂ ਦੇਵੇ ਸਾਰੀਆਂ ਮਨੋਕਾਮਨਾ ਪੂਰੀਆਂ ਕਰੇ ਲੰਬੀਆਂ ਉਮਰਾਂ ਕਰੇ ਸੋ ਇਹ ਗਾਣਾ ਜਿਹੜਾ ਬਣਾਇਆ ਅਸੀਂ ਬੜੀ ਮਿਹਨਤ ਦੇ ਨਾਲ ਬੜੇ ਪਿਆਰ ਨਾਲ ਬੜੀ ਰੂਹ ਨਾਲ ਬਣਾਇਆ ਐਮੀ ਆਮਨਤ ਵੀਰੇ ਦਾ ਲਿਖਿਆ ਹੋਇਆ ਅਤੇ ਜਿੰਨਾ ਪਿਆਰਾ ਉਹਨਾਂ ਨੇ ਲਿਖਿਆ ਹੈ ਅਤੇ ਉਨਾ ਹੀ ਤੁਸੀਂ ਜਿਹੜੀਆਂ ਪਿਕ ਸੈਂਡ ਕੀਤੀਆਂ ਮੈਨੂੰ ਆਪਣੀਆਂ ਮਾਵਾਂ ਦੇ ਨਾਲ ਸੋ ਉਹਦੇ ਨਾਲ ਹੋਰ ਵੀ ਖੂਬਸੂਰਤ ਚੀਜ਼ ਬਣ ਗਈ ਹੈ ਗਾਉਣ ਦੀ ਤਾਂ ਚਲੋ ਕੋਸ਼ਿਸ਼ ਕੀਤੀ ਹੈ ਸੋ ਹੁਣ ਮੇਰੀ ਇਹੀ ਗੁਜ਼ਾਰਿਸ਼ ਹੈ ਤੁਹਾਡੇ ਅੱਗੇ ਕਿ ਮੈਂ ਇਹ ਨਹੀਂ ਕਹਿੰਦਾ ਕਿ ਗਾਣਾ ਸ਼ੇਅਰ ਕਰਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਹਾਂ ਬਸ ਆਪਣੀ ਮਾਂ ਦੇ ਨਾਲ ਜ਼ਰੂਰ ਸ਼ੇਅਰ ਕਰਿਓ ਇਸ ਸੌਂਗ ਨੂੰ ਕਿਉਂਕਿ ਮੈਂ ਚਾਹੁੰਦਾ ਹਾਂ ਕਿ ਜਿਨ੍ਹਾਂ ਲਈ ਬਣਾਇਆ ਗਿਆ ਇਹ ਗਾਣਾ ਉਹਨਾਂ ਤੱਕ ਜ਼ਰੂਰ ਪਹੁੰਚੇ ਅਤੇ ਤੁਸੀਂ ਪਲੀਜ਼ ਇੱਕ ਮੇਰੀ ਅਪੀਲ ਹੈ ਮੇਰੀ ਦਿਲੋਂ ਖੁਆਇਸ਼ ਹੈ ਕਿ ਆਪਣੀ ਮਦਰ ਦੇ ਛੋਟਾ ਕਲਿੱਪ ਜ਼ਰੂਰ ਬਣਾ ਕੇ ਭੇਜਿਓ ਮੈਨੂੰ ਕਿ ਉਹਨਾਂ ਨੇ ਕੀ ਮਹਿਸੂਸ ਕੀਤਾ ਇਹ ਸੌਂਗ ਸੁਣਨ ਤੋਂ ਬਾਅਦ ਕੀ ਮਹਿਸੂਸ ਕੀਤਾ ਕੀ ਇਹਨਾਂ ਦੀਆਂ ਭਾਵਨਾਵਾਂ ਨੇ ਉਹ ਰਿਕਾਰਡ ਕਰਕੇ ਜ਼ਰੂਰ ਮੈਨੂੰ ਭੇਜਿਓ ਮੈਂ ਉਹ ਸਾਰੀਆਂ ਨੂੰ ਇਕੱਠੀਆਂ ਕਰਕੇ ਆਪਣੇ ਕੋਲ ਰੱਖਾਂਗਾ ਸੰਭਾਲ ਕੇ ਰੱਖਾਂਗਾ ਦਿਲੋਂ ਅਤੇ ਐਕਚੁਲੀ ਇਹ ਜਿਹੜਾ ਤੁਸੀਂ ਪਿਕਸ ਭੇਜੀਆਂ ਮੈਨੂੰ ਕਾਫੀ ਲੇਟ ਪਿਕਸ ਮਿਲਦੀਆਂ ਰਹੀਆਂ ਕਈਆਂ ਨੇ ਤੇ ਅੱਜ ਹੀ ਭੇਜੀਆਂ ਨੇ ਪਿਕਸ ਫਿਰ ਮੈਂ ਦੁਬਾਰਾ ਉਹਨਾਂ ਨੂੰ ਐਡਿਟ ਕਰਦਾ ਰਿਹਾ ਬਹੁਤ ਕਿਉਂਕਿ ਇਕੱਲੀ ਇਕੱਲੀ ਫੋਟੋ ਨੂੰ ਐਡਿਟ ਕਰਨਾ ਕਾਫੀ ਮੁਸ਼ਕਿਲ ਸੀ ਫਿਰ ਵੀ ਮੈਨੂੰ ਇਹੀ ਕਿ ਕਿਸੇ ਨੇ ਵੀ ਬੜੀ ਭਾਵਨਾ ਨਾਲ ਭੇਜੀ ਹੈ ਬੜੀ ਆਪਣੇ ਪਿਆਰ ਨਾਲ ਭੇਜੀ ਹੈ ਸੋ ਇਹ ਜ਼ਰੂਰ ਵਿੱਚ ਐਡਜਸਟ ਹੋਣੀ ਚਾਹੀਦੀ ਹੈ ਪਿਕ
ਸੋ ਕਈ ਫੋਟੋਜ਼ ਮੇਰੇ ਕੋਲ ਲੇਟ ਪਹੁੰਚੀਆਂ, ਫਿਰ ਵੀ ਕੋਸ਼ਿਸ਼ ਕੀਤੀ ਹੈ। ਸੋ ਕਿੱਦਾਂ ਦਾ ਲੱਗਾ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਸਾਡੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਦਿਓ, ਕਿਉਂਕਿ ਅੱਗੇ ਵੀ ਬਹੁਤ ਕੁਛ ਪਿਆ ਹੈ ਸਾਡੇ ਕੋਲ ਤੁਹਾਨੂੰ ਸੁਣਾਉਣ ਲਈ, ਤੁਹਾਨੂੰ ਦਿਖਾਉਣ ਲਈ। ਸੋ ਧੰਨਵਾਦ ਜੀ, ਸ਼ੁਕਰੀਆ, ਰੱਬ ਰਾਖਾ, ਲਵ ਯੂ ਆਲ। ਬੱਚਿਆਂ ਦੀ ਖੁਸ਼ੀ ਲਈ ਦਿਲ ਵੀ ਦੇ ਸਕਦੀਆਂ ਕੱਢ।